ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਕਿਹਾ ਜਾ ਰਿਹਾ ਕਿ ਬਦਮਾਸ਼ਾਂ ਦੇ ਵੱਲੋਂ ਦਿਨ ਦਿਹਾੜੇ ਘਰ ਦੇ ਵਿੱਚ ਦਾਖਲ ਹੋ ਕੇ ਘਰ ਦੇ ਅੰਦਰ ਤੋੜਫੋੜ ਕੀਤੀ ਗਈ ਅਤੇ ਜੋ ਔਰਤਾਂ ਸੀ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਉਹਨਾਂ ਦੇ ਨਾਲ ਵੀ ਜੰਮ ਕੇ ਕੁੱਟਮਾਰ ਕੀਤੀ ਗਈ ਹੈ, ਜਿਸ ਦੇ ਕਾਰਨ ਕਈ ਔਰਤਾਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਇਸ ਘਟਨਾ ਨੂੰ ਲੈ ਕੇ ਇੱਕ CCTV ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕਈ ਗੁੰਡਿਆਂ ਨੂੰ ਦੇਖਿਆ ਜਾ ਸਕਦਾ, ਬਦਮਾਸ਼ਾਂ ਨੂੰ ਦੇਖਿਆ ਜਾ ਸਕਦਾ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਨੇ, ਲਾਠੀ ਡੰਡੇ ਫੜੇ ਹੋਏ ਨੇ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਿਸ ਪਰਿਵਾਰ 'ਤੇ ਹਮਲਾ ਹੋਇਆ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਕਈ ਦਿਨ ਪਹਿਲਾਂ ਧਮਕੀਆਂ ਮਿਲ ਰਹੀਆਂ ਸੀ ਅਤੇ ਉਹ ਜਦੋਂ ਰਿਪੋਰਟ ਲਿਖਵਾਉਣ ਦੇ ਲਈ ਥਾਣੇ ਦੇ ਵਿੱਚ ਗਏ ਤਾਂ ਉਹ ਹਲੇ ਥਾਣੇ ਦੇ ਵਿੱਚ ਹੀ ਸੀ ਕਿ ਪਿੱਛੋਂ ਤੀ ਬਦਮਾਸ਼ਾਂ ਨੇ ਘਰ ਦੇ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਘਰ ਦੇ ਅੰਦਰ ਪਿਆ ਸੋਨਾ ਅਤੇ ਨਕਦੀ ਵੀ ਲੁੱਟ ਕੇ ਫਰਾਰ ਹੋਏ ਨੇ, ਤਾਂ ਤਸਵੀਰਾਂ ਘਰ ਦੇ ਅੰਦਰ ਤੋਂ ਵੀ ਸਾਹਮਣੇ ਆਈਆਂ ਨੇ, ਜਿੱਥੇ ਕਿ ਘਰ ਦੇ ਅੰਦਰ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਕੁੱਟਮਾਰ ਕੀਤੀ ਗਈ ਹੈ ਅਤੇ ਹੁਣ ਇਹਨਾਂ ਦੇ ਵੱਲੋਂ ਪੁਲਿਸ ਦੇ ਕੋਲ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਜੋ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਕਿ ਘਰ ਦੇ ਅੰਦਰ ਵੜ ਕੇ ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਖੇਡਿਆ ਗਿਆ, ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਗਿਆ, ਉਹਨਾਂ ਦੇ ਵੀ ਕਈ ਸੱਟਾਂ ਰਿਪੀਟ, ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ, ਜਿਸ ਦੇ ਕਾਰਨ ਕਈ ਔਰਤਾਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਕੀ ਨਾਮ ਹੈ ਤੁਹਾਡਾ? ਵੀਰ ਜੀ, ਗੁਰਲਾਲ ਸਿੰਘ, ਪਿੰਡ ਡੱਲ। ਤੇ ਕੀ ਗੱਲ ਹੋਈ ਆੜੀ ਭਾਣਾ ਤੋੜ ਹੋਈ? ਵੀਰ ਜੀ, ਸਾਨੂੰ ਪਹਿਲਾਂ ਆਉਂਦੀਆਂ ਸੀ ਫੋਨ ਤੇ ਧਮਕੀਆਂ ਤੇ ਅਸੀਂ ਥਾਣੇ ਚਲੇ ਗਏ, ਉਹਨਾਂ ਨੂੰ ਜਾ ਕੇ ਦਿਖਾਇਆ ਕਿ ਸਾਨੂੰ ਫੋਨ ਤੇ ਧਮਕੀਆਂ ਦੀਆਂ, ਉਹ ਗੁੰਡੇ ਲੈ ਕੇ ਆਪਣੇ ਘਰੇ ਆ ਗਏ, ਸਾਰੀ ਤੋੜ ਭੰਨ ਕਰ ਗਏ। ਕੌਣ ਲੋਕ ਆ? ਉਹ ਕੁਛ ਡੱਲਦੇ ਆ, ਉਹ ਉਦੋਂ ਕਹਿੰਦੇ ਬਲਜੀਤ ਸਿੰਘ ਉਦੋਂ ਗਏ ਤੇ ਹਰਪਾਲ ਸਿੰਘ ਘਰਿਆਲਾ ਤੇ ਉਹ ਇੱਥੋਂ ਦੇ ਲਾਖਣਾ ਦੀ। ਕਿੰਨੇ ਕ ਜਾਣੇ ਸੀ? ਉਹ 70-80 ਜਾਣੇ ਸੀ। ਡੱਲ ਦਾ ਜਿਹੜਾ ਉਹਦਾ ਕੀ ਨਾਮ? ਗੁਰਸੇਵਕ ਸਿੰਘ। ਤੇ ਕੀ ਗੱਲ ਕੀ ਆ, ਕਾਹਤੋਂ ਧਮਕੀਆਂ ਦਿੰਦੇ? ਨਹੀਂ, ਇਹ ਧਮਕੀਆਂ ਦਿੱਤੀ ਜਾਂਦੇ ਸੀ, ਕੋਈ ਗੱਲ ਨੀ, ਅਸੀਂ ਤੇ ਆਖੇ ਜੇ ਕੋਈ ਗੱਲਬਾਤ ਆ ਆਪਾਂ ਬਹਿ ਕੇ ਕਰ ਲੈਨੇ ਆ, ਤੇ ਉਹਨਾਂ ਨੇ ਕੋਈ ਗੱਲਬਾਤ ਨੀ ਸੁਣੀ ਸਾਡੀ ਤੇ ਅਸੀਂ ਚਲੇ ਗਏ ਥਾਣੇ, ਰਿਪੋਰਟ ਦਿੱਤੀ ਜਾ ਕੇ। ਉਹਨਾਂ ਨੇ ਕੀ ਕੀਤਾ ਕਿ ਅਸੀਂ ਮੁਨਸ਼ੀ ਨੂੰ ਵੀ ਸੁਣਾਇਆ ਸੀ, ਕਿਆ ਵੇਖ ਲਓ ਤਾਂ ਸਾਡੇ ਤੁਹਾਡੇ ਸਾਹਮਣੇ ਧਮਕੀਆਂ ਆ ਰਹੀਆਂ, ਪਰ ਉਹਨਾਂ ਨੇ ਆ ਕੇ ਘਰ ਬੂਹੇ ਦੀ ਤੋੜ ਭੰਨ ਕਰਤੀ। ਮੇਰੀ ਮਾਤਾ ਸੀ, ਇੱਕ ਮੇਰੀ ਘਰਵਾਲੀ ਸੀ, ਇੱਕ ਮੇਰੀ ਭੈਣ ਸੀ, ਇੱਕ ਮੇਰੀ ਚਾਚੀ ਸੀ, ਇੱਕ ਮੇਰੀ ਚਾਚੇ ਦੀ ਕੁੜੀ ਸੀ। ਜਿੱਦਾਂ ਜੋ ਟੀਵੀ ਟਾ ਵੀ ਬੂਹੇ ਵੀ ਪਾਉਂਦੇ ਆ, ਮੇਰੀ ਗਰਭਵਤੀ ਘਰ ਦੀ ਉਹਨੂੰ ਵੀ ਸੱਟ ਲਾਤੀ ਭੰਨ ਤੋੜ ਕੀ। ਇਹਨਾਂ ਨੂੰ ਬਹੁਤ ਦਿਨਾਂ ਦੀਆਂ ਧਮਕੀਆਂ ਆਉਂਦੀਆਂ ਸੀਗੀਆਂ ਤੇ ਇਸ ਕਰਕੇ ਮਤਲਬ ਕਿ ਸਾਰੇ ਮਗਰ ਉਹ ਥਾਣੇ ਚਲੇ ਗਏ ਆ ਤੇ ਇਸ ਕਰਕੇ ਸਾਡੇ ਘਰ ਤੇ ਹਮਲਾ ਕੀਤਾ ਗਿਆ। ਆਹ ਦੇਖ ਲਓ ਤੁਹਾਡੇ ਸਾਹਮਣੇ ਸਭ ਕੁਛ, ਇਹਨਾਂ ਬਹੁਤ ਜ਼ਿਆਦਾ ਭੰਨ ਤੋੜ ਕੀਤੀ ਆ ਤੇ ਜੋ ਕਿ ਦਾਤਰ ਸਾਰਾ ਸਭ ਕੁਛ ਲੈ ਕੇ ਆਏ ਕਿ ਅਸੀਂ ਜਨਾਨੀਆਂ ਸਿਰਫ ਅੰਦਰ ਭੱਜ ਕੇ ਵੜੀਆਂ, ਇਸ ਕਰਕੇ ਸਾਡੇ ਤੋਂ ਮਤਲਬ ਕਿ ਅਸੀਂ ਦੋਨੋਂ ਭੈਣਾਂ ਕਿ ਜੋ ਕਿ ਬੈੱਡ ਥੱਲੇ ਲੁੱਕ ਗਈਆਂ ਕਿ ਭਾਬੀ ਤੇ ਮੇਰੀ ਭਰਜਾ ਮੰਮੀ ਜੋ ਕਿ ਇੱਥੇ ਬੂਹੇ ਦੇ ਨਾਲ ਲੱਗ ਕੇ ਉਹਨਾਂ ਨੇ ਵਿਚਾਰੀਆਂ ਨੂੰ ਸੱਟਾਂ ਲੱਗ ਵੀ ਗਈਆਂ ਸੀਗੀਆਂ ਤੇ ਸਾਡੇ ਭੰਨ ਤੋੜ ਕਰਕੇ ਤੇ ਸਾਡਾ ਸੋਨਾ ਵੀ ਲੈ ਗਏ। ਸਾਡਾ ਕੈਂਠਾ ਹੈ ਤੇ ਮੇਰੇ ਮਤਲਬ ਕਿ ਵਾਲੀਆਂ ਹੈ, ਜੁਗਣੀ ਆ, ਉਹ ਸਾਡੇ ਕੋਲੋਂ ਮਤਲਬ ਕਿ ਲੈ ਗਏ ਆ। ਪੈਸਾ ਧੇਲਾ ਮੇਰੇ ਕਿ ਚਾਚੀ ਦਾ ਵੀ ਸਾਰਾ, ਉਹਨਾਂ ਦੀ ਅਲਮਾਰੀ ਫੋਲ ਕੇ ਸਭ ਕੁਛ ਲੈ ਗਏ ਉਹਨਾਂ ਦਾ ਵੀ। ਸਾਡੇ ਘਰ ਆਏ ਬੰਦੇ ਆਏ ਆ, ਸਾਨੂੰ ਪਹਿਲਾਂ ਧਮਕੀਆਂ ਦਿੰਦੇ ਸੀ ਤੇ ਬਾਅਦ 'ਚ ਅਸੀਂ ਥਾਣੇ ਗਏ ਹਾਂ, ਥਾਣੇ 'ਚ ਅਸੀਂ ਥਾਣੇ ਬੈਠੇ ਹਾਂ ਤੇ ਇਹ ਮਗਰੋਂ ਆਣ ਕੇ ਗੈਂਟਰ ਜਿਹੜੇ ਜੋ ਸਾਡੀ ਤੋੜ ਭੰਨ ਕਰ ਗਏ ਆ। ਨੁਕਸਾਨ ਵੇਖ ਲਓ ਜੀ, ਜੋ ਵੀ ਸਾਡਾ ਘਰ ਦਾ ਰਹਿਣੀ ਕੱਖ ਨਹੀਂ ਦਿੱਤਾ ਇਹਨਾਂ ਨੇ, ਨਾ ਚੀਜ਼ ਸਾਡੀ ਹੈਗਾ, 60,000 ਰੁਪਇਆ ਮੇਰਾ ਕੱਢ ਕੇ ਲੈ ਗਏ ਆ। ਅਸੀਂ ਤੇ ਆਉਂਦੇ ਹਾਂ ਜੀ, ਸਾਡੇ ਕਾਰਵਾਈ ਵੇਖੋ ਜੀ, ਸਾਡੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ। ਵੇਖੋ, ਇਸ ਸੰਬੰਧੀ ਮੈਨੂੰ ਅੱਜ ਹੀ ਪਤਾ ਲੱਗਾ, ਮੈਂ SHO ਦੀ ਡਿਊਟੀ ਲਾਤੀ ਹੈ ਅਤੇ ਜਿੱਦਾਂ ਦੇ ਵੀ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਊਗੀ। ਅਤੇ ਥੋੜ੍ਹਾ ਜਿਹਾ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੇ ਹਮਲਾ ਕਰਨ ਵਾਲੇ ਜਾਂ ਜਿਹੜੇ ਬੰਦਿਆਂ ਨੇ ਝਗੜਾ ਕੀਤਾ ਉਹਨਾਂ ਦੀ ਲੜਕੀ ਨੂੰ, ਇਹਨਾਂ ਦਾ ਕੋਈ ਲੜਕਾ
ਜਿਹੜੇ ਫੋਨ ਦੇ ਉੱਤੇ ਕੋਈ ਜਿਹੜੀ ਭੱਦੀ ਸ਼ਬਦਾਵਲੀ ਵਰਤ ਕੇ ਫੋਨ ਕਰਦਾ ਸੀ। ਆਪਸ ਦੇ ਵਿੱਚ ਇਹ ਇੱਕ ਦੂਜੇ ਦੇ ਨੋਨ ਨੇ ਅਤੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ।